ਸਤਿ ਸ਼੍ਰੀ ਅਕਾਲ ਜੀ ਮੈਂ ਅਭਿਤੋਜ ਸਿੰਘ ਫਰੋਮ ਅਕਾਲ ਐਜੂਕੇਸ਼ਨਲ ਸਰਵਿਸਿਜ਼ ਐਂਡ ਵੀਜ਼ਾ ਐਡਵਾਈਜ਼ਰ ਸੁਲਤਾਨਪੁਰ ਲੋਧੀ ਅੱਜ ਦੀ ਇਹ ਵੀਡੀਓ ਸਿਰਫ ਥੋੜ੍ਹੀਆਂ ਜਿਹੀਆਂ ਜਿਹੜੀਆਂ ਗਲਤ ਫਹਿਮੀਆਂ ਜਾਂ ਅਫਵਾਹਾਂ ਕਹਿ ਸਕਦੇ ਹੋ ਜਿਹੜੀਆਂ ਸਾਡੀ ਸਟੱਡੀ ਵੀਜ਼ਾ ਰਿਗਾਰਡਿੰਗ ਫੈਲਾਈਆਂ ਜਾ ਰਹੀਆਂ ਵਾ ਕਿਉਂਕਿ ਬਹੁਤ ਸਾਰੀਆਂ ਕਾਲਸ ਆ ਰਹੀਆਂ ਸੀਗੀਆਂ ਬੱਚਿਆਂ ਦੀਆਂ ਪੁੱਛਣ ਲਈ ਜੀ ਇੱਕ ਦੋ ਏਜੰਟਸ ਨੇ ਪਾਇਆ ਹੋਇਆ ਵਿਦਆਊਟ ਆਇਲਸ ਕੈਨੇਡਾ ਹੁਣ ਆਇਲਸ ਤੋਂ ਪਿੱਛਾ ਛੁੱਟ ਗਿਆ ਜੀ ਪੀ ਟੀ ਕਰਨ ਦੀ ਕੋਈ ਲੋੜ ਨਹੀਂ ਹੈ ਜੀ ਵਿਦਆਊਟ ਆਇਲਸ ਹੀ ਸਾਰੇ ਕਾਲਜਿਸ ਕੈਨੇਡਾ ਲੈਣ ਲੱਗ ਗਏ ਆ ਜੀ ਸੋ ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੂੰਗਾ ਜੀ ਇਹ ਸਿਰਫ ਤੇ ਸਿਰਫ ਅਫਵਾਹਾਂ ਵਾ ਕੁਝ ਏਜੰਟਸ ਜਿਹੜੇ ਸਾਡੇ ਬਲੈਕ ਸ਼ੀਟਸ ਕਹਿ ਲਓ ਕਾਲੀਆਂ ਭੇਡਾਂ ਕਹਿ ਲਓ ਟ੍ਰੇਡ ਦੀਆਂ ਜਿਨ੍ਹਾਂ ਨੂੰ ਸਿਰਫ ਪੈਸੇ ਬਣਾਉਣ ਨਾਲ ਮਤਲਬ ਆ ਪੈਕੇਜ ਸਿਸਟਮ 'ਚ ਡੀਲ ਕਰਦੇ ਆ ਨਿਕੰਮੇ ਤੋਂ ਨਿਕੰਮਾ ਕਾਲਜ ਪ੍ਰਾਈਵੇਟ ਕਾਲਜ ਜਿਨ੍ਹਾਂ ਦਾ ਬਾਅਦ 'ਚ ਵਰਕ ਪਰਮਿਟ ਹੀ ਨਹੀਂ ਹੈਗਾ ਉਹਨਾਂ ਨਾਲ ਉਹਨਾਂ ਦੇ ਟਾਈ ਅਪ ਹੈਗੇ ਆ ਜੀ ਅਤੇ ਫੀਸ ਵੀ ਜਦੋਂ ਤੁਸੀਂ ਇੱਥੋਂ ਪੇ ਕਰਦੇ ਹੋ ਉਹਨਾਂ ਨੂੰ ਆਪਦਾ ਜਿਹੜਾ ਫੀਸ 'ਚੋਂ ਕਮਿਸ਼ਨ ਆ ਪਹਿਲਾਂ ਹੀ ਉਹਨਾਂ ਨੂੰ ਇੰਡੀਆ ਉਹਨਾਂ ਨੂੰ ਮਿਲ ਜਾਂਦਾ ਵਾ ਅਤੇ ਕੀ ਉਹਨੂੰ ਕਹਿੰਦੇ ਆ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਆ ਜੀ 15-15-20 ਲੱਖ ਰੁਪਈਆ ਮਾਂ ਪਿਓ ਵਿਚਾਰੇ ਕਰਜ਼ਾ ਚੱਕ ਕੇ ਲਾ ਰਹੇ ਆ ਅਤੇ ਉਹ ਇੱਦਾਂ ਦੇ ਕਾਲਜਿਸ 'ਚ ਉਹਨਾਂ ਨੂੰ ਭੇਜ ਰਹੇ ਆ ਸੋ ਸਭ ਤੋਂ ਪਹਿਲਾਂ ਜੀ ਕੈਨੇਡਾ ਵਿਦਆਊਟ ਆਇਲਸ ਕੁਛ ਨਹੀਂ ਹੈਗਾ ਠੀਕ ਹੈ ਜੀ ਜਿਹੜਾ ਫੋਨ ਆ ਰਿਹਾ ਕਿ ਸਿਰਫ ਡੁਲਿੰਗੋ ਟੈਸਟ ਦੇ ਦਿਓ ਘਰੇ ਬਹਿ ਕੇ ਅਤੇ ਉਹਦੇ ਨਾਲ ਹੀ ਤੁਸੀਂ ਕੈਨੇਡਾ ਅਪਲਾਈ ਕਰ ਸਕੋਗੇ ਜੀ ਮੈਂ ਕਹਿਣ ਦੱਸਣਾ ਚਾਹੁੰਦਾ ਜੀ ਹਾਂਜੀ ਡੁਲਿੰਗੋ ਟੈਸਟ ਹੈਗਾ ਵਾ ਤੁਸੀਂ ਘਰੇ ਬੈਠ ਕੇ ਡੁਲਿੰਗੋ ਟੈਸਟ ਨੂੰ ਕਰ ਸਕਦੇ ਹੋ ਅਤੇ ਇਹਦੇ ਨਾਲ ਸਿਰਫ ਅਤੇ ਸਿਰਫ ਤੁਸੀਂ ਜਿੰਨੇ ਵਧੀਆ ਕਾਲਜਿਸ ਨਾਮ ਲੈ ਲਓ ਜਿਹੜੇ ਮਰਜ਼ੀ ਕਾਲਜ ਦਾ ਸ਼ੈਰਡਨ ਲੈ ਲਓ ਸੈਂਟੀਨੀਅਲ ਲੈ ਲਓ ਕੈਨਾਡੋਰ ਲੈ ਲਓ ਵੈਨਕੂਵਰ ਕਮਿਊਨਿਟੀ ਕਾਲਜ ਲੈ ਲਓ ਇਹ ਸਾਰੇ ਕਾਲਜਿਸ ਡੁਲਿੰਗੋ ਟੈਸਟ ਤੁਹਾਡਾ ਅਸੈਪਟ ਜੇ ਕਰਨਗੇ ਵੀ ਅਤੇ ਸਿਰਫ ਤੁਹਾਨੂੰ ਇੱਕ ਕੰਡੀਸ਼ਨਲ ਆਫਰ ਲੈਟਰ ਦੇਣਗੇ ਠੀਕ ਹੈ ਜੀ ਤੁਸੀਂ ਆਫਰ ਲੈਟਰ ਲੈ ਲਓ ਕਾਲਜ ਕੋਲੋਂ ਫੀਸ ਵਗੈਰਾ ਪੇ ਕਰ ਸਕਦੇ ਹੋ ਆਪਣਾ ਪ੍ਰੋਸੈਸ ਕੰਟੀਨਿਊ ਕਰ ਸਕਦੇ ਹੋ ਪਰ ਜੇ ਤੁਸੀਂ ਆਪਦੀ ਫਾਈਲ ਐਸ ਡੀ ਐਸ ਦੇ ਅੰਡਰ ਲਾਉਣੀ ਚਾਹੁੰਦੇ ਹੋ ਐਸ ਡੀ ਐਸ ਦਾ ਸਾਰਿਆਂ ਨੂੰ ਪਤਾ ਹੀ ਹੈਗਾ ਠੀਕ ਹੈ ਜੀ ਜਿਹਦੇ ਜੀ ਪਹਿਲੀ ਕੰਡੀਸ਼ਨ ਹੀ ਜਿਹਦੀ ਹੈਗੀ ਆ 6 ਈਚ ਬੈਂਡ ਪਲੱਸ ਟੂ ਵਾਲੇ ਬੱਚੇ ਲਈ ਹਰ ਮੋਡਿਊਲ 'ਚੋਂ 6 ਬੈਂਡ ਹੋਣੇ ਚਾਹੀਦੇ ਆ ਜੇ ਤੁਹਾਡੀ ਉਹ ਕੰਡੀਸ਼ਨ ਹੀ ਪੂਰੀ ਨਹੀਂ ਹੁੰਦੀ ਤੁਸੀਂ ਫਾਈਲ ਐਸ ਡੀ ਐਸ 'ਚ ਕਿੱਦਾਂ ਲਾਓਗੇ ਠੀਕ ਹੈ ਜੀ ਅਤੇ ਅੰਬੈਸੀ ਨੇ ਡੁਲਿੰਗੋ ਟੈਸਟ ਨੂੰ ਅਸੈਪਟ ਕਰਨਾ ਨਹੀਂ ਸ਼ੁਰੂ ਕੀਤਾ ਜਿਹੜਾ ਏਜੰਟ ਤੁਹਾਨੂੰ ਇੱਦਾਂ ਕਹਿੰਦਾ ਉਹਨੂੰ ਕੋਈ ਦਿਖਾ ਬਈ ਠੀਕ ਹੈ ਜੀ ਕਿਹੜੀ ਵੈਬਸਾਈਟ 'ਤੇ ਆਏ ਕਿਹੜੀ ਇਮੀਗ੍ਰੇਸ਼ਨ ਦੀ ਵੈਬਸਾਈਟ 'ਤੇ ਜਾਂ ਕਿੱਥੇ ਕੈਨੇਡੀਅਨ ਗਵਰਨਮੈਂਟ ਨੇ ਜਾਂ ਇਮੀਗ੍ਰੇਸ਼ਨ ਮਿਨਿਸਟਰ ਨੇ ਕਿਹਾ ਵਾ ਕਿ ਆਇਲਸ ਦੀ ਲੋੜ ਨਹੀਂ ਹੈ ਜੀ ਡੁਲਿੰਗੋ ਨਾਲ ਤੁਸੀਂ ਹੁਣ ਕੈਨੇਡਾ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਠੀਕ ਹੈ ਜੀ ਇਹ ਉਹੀ ਏਜੰਟ ਆ ਜਿਹੜੇ ਪੈਕੇਜ ਸਿਸਟਮ 'ਚ ਡੀਲ ਕਰਦੇ ਆ ਚੰਗਾ ਕੇਸ ਇਹ ਕੋਈ ਕਰਕੇ ਖੁਸ਼ ਨਹੀਂ ਹੈਗੇ ਕਿਉਂਕਿ ਉਹਦੇ 'ਚੋਂ ਇਹਨਾਂ ਨੂੰ ਪੈਸੇ ਨਹੀਂ ਮਿਲਦੇ ਰਿਫਿਊਜ਼ਲ ਕੇਸ ਜਾਂ ਵਿਗੜੇ ਹੋਏ ਕੇਸ ਜਾਂ ਘੱਟ ਬੈਂਡਾਂ ਵਾਲੇ ਘੱਟ ਪਰਸੈਂਟੇਜ ਵਾਲੇ ਕੇਸ ਜਿਨ੍ਹਾਂ 'ਚ ਜਾਲੀ ਡਾਕੂਮੈਂਟਸ ਪੁੱਠੀਆਂ ਸਿੱਧੀਆਂ ਚੀਜ਼ਾਂ ਜੋ ਮਿਲ ਗਈਆਂ ਲਾ ਸਕਦੇ ਆ ਠੀਕ ਹੈ ਜੀ ਕੋਈ ਇਹ GICਆਂ ਵੀ ਜਾਲੀ ਲਾਉਂਦੇ ਆ GICਆਂ ਵੀ ਖਾਈ ਜਾਂਦੇ ਆ ਠੀਕ ਹੈ ਜੀ ਇਹ ਉਹੀ ਏਜੰਟ ਆ ਜਿਨ੍ਹਾਂ ਦਾ ਰੋਜ਼ ਤੁਸੀਂ ਅਖਬਾਰਾਂ 'ਚ ਇਹਨਾਂ ਦੇ ਉੱਤੇ ਜਿਹੜੇ ਕੇਸ ਹੋਏ ਉਹ ਵੀ ਪੜ੍ਹਦੇ ਹੋ ਬਟ ਫਿਰ ਆਈ ਡੋਂਟ ਅੰਡਰਸਟੈਂਡ ਸਾਨੂੰ ਸਮਝ ਨਹੀਂ ਆਉਂਦੀ ਫਿਰ ਤੁਸੀਂ ਇਹਨਾਂ ਏਜੰਟਸ ਦੀਆਂ ਮਿੱਠੀਆਂ ਗੱਲਾਂ 'ਚ ਆ ਕੇ ਫਸ ਜਾਂਦੇ ਹੋ ਕੈਨੇਡਾ ਵਿਦਆਊਟ ਆਇਲਸ ਨਹੀਂ ਹੈਗਾ ਜੀ ਡੁਲਿੰਗੋ ਟੈਸਟ ਇਮੀਗ੍ਰੇਸ਼ਨ ਨੇ ਕੈਨੇਡਾ ਦੀ ਅੰਬੈਸੀ ਨੇ ਨਹੀਂ ਅਸੈਪਟ ਕਰਨਾ ਸ਼ੁਰੂ ਕੀਤਾ ਸੋ ਪਲੀਜ਼ ਇਹਨਾਂ ਅਫਵਾਹਾਂ ਤੋਂ ਬਚੋ ਠੀਕ ਹੈ ਜੀ ਤੁਸੀਂ ਕੋਈ ਵੀ ਇਨਫੋਰਮੇਸ਼ਨ ਚਾਹੁੰਦੇ ਹੋ ਉਹਨਾਂ ਦੀ ਜਿਹੜੀ ਵੈਬਸਾਈਟ ਹੈਗੀ ਆ ਗਵਰਨਮੈਂਟ ਵੈਬਸਾਈਟਸ ਆ ਉਹਨਾਂ ਦੇ ਜਾਓ ਉੱਥੋਂ ਚੈੱਕ ਕਰੋ ਠੀਕ ਹੈ ਜੀ ਫਿਰ ਅੱਗੇ ਕਿਸੇ ਨੂੰ ਪੈਸੇ ਫੜਾਓ ਅੱਜ ਦੀ ਤਰੀਕ 'ਚ ਆਫਿਸਿਸ ਸਭ ਦੇ ਬੰਦ ਆ ਮੈਸੇਜ ਬੰਦ ਪਈਆਂ ਸੀਗੀਆਂ ਸਿਰਫ ਤੇ ਸਿਰਫ ਇਹ ਆ ਵੀ ਜਿਹੜਾ ਗਾਹਕ ਫਸ ਗਿਆ ਉਹ ਕੋਲ 10-15-20 ਹਜ਼ਾਰ ਐਡਵਾਂਸ ਲੈਣਗੇ ਆਪਦੇ ਆਫਿਸਿਸ ਦੇ ਕਿਰਾਏ ਕੱਢਣਗੇ ਆਪਣੇ ਇੰਪਲੋਇਜ਼ ਦੀਆਂ ਜਿਹੜੀਆਂ ਤਨਖਾਹਾਂ ਕੱਢਣਗੇ ਅਤੇ ਕੋਈ ਉਹ ਨਹੀਂ ਹੈਗਾ ਜੀ ਜਿੰਨੇ ਜਲੰਧਰ 'ਚ ਵੀ ਜਾਂ ਸਾਡੇ ਆਪਣੇ ਸੁਲਤਾਨਪੁਰ ਲੋਧੀ ਸ਼ਹਿਰ 'ਚ ਵੀ ਜਿਹੜਾ ਕਪੂਰਥਲੇ 'ਚ ਵੀ ਜਿਹੜੇ ਮੇਨ ਵਧੀਆ ਸਾਫ਼ ਸੁਥਰੇ ਏਜੰਟ ਹੈਗੇ ਆ ਉਹ ਕੋਈ ਵੀ ਇਹ ਨਹੀਂ ਕਹਿ ਰਿਹਾ ਹੈਗਾ ਕਿ ਡੁਲਿੰਗੋ ਟੈਸਟ ਹੈ ਜੀ ਇਹਦੇ ਨਾਲ ਅਸੀਂ ਵਿਦਆਊਟ ਆਇਲ ਦੀ ਨਿਆਣੇ ਨੂੰ ਕੈਨੇਡਾ ਭੇਜ ਦਾਂਗੇ ਠੀਕ ਹੈ ਜੀ ਮੈਂ ਚੈਲੰਜ ਕਰਦਾ ਹਾਂ ਮੇਰੇ ਕੋਲ ਪ੍ਰੋਫਾਈਲਸ ਪਈਆਂ ਵਾ 90% ਬੱਚਿਆਂ ਦੀਆਂ ਪ੍ਰੋਫਾਈਲਸ ਆ ਜਿਨ੍ਹਾਂ ਦੇ ਆਇਲਸ ਦੇ ਐਗਜ਼ਾਮ ਫਿਲ ਕੀਤੇ ਹੋਏ ਆ ਠੀਕ ਹੈ ਜੀ ਲਓ ਮੇਰੇ ਕੋਲੋਂ ਪ੍ਰੋਫਾਈਲ ਲਵਾ ਕੇ ਦਿਓ ਵੀਜ਼ਾ ਮੈਨੂੰ ਵਿਦਆਊਟ ਆਇਲਸ ਕੈਨੇਡਾ ਦਾ ਲੈ ਕੇ ਦਿਓ ਮੈਨੂੰ ਸੈਂਟੀਨੀਅਲ ਕਾਲਜ ਕੈਨੇਡੋਰ ਕਾਲਜ ਮੈਨੂੰ ਕਿਸੇ ਵਧੀਆ ਕਾਲਜ ਦੀ ਆਫਰ ਲੈਟਰ ਠੀਕ ਹੈ ਜੀ ਡੁਲਿੰਗੋ ਨਾਲ ਤੁਸੀਂ ਆਫਰ ਲੈਟਰ ਤਾਂ ਲੈ ਲਓਗੇ ਵੀਜ਼ਾ ਕਿੱਦਾਂ ਲਵਾ ਕੇ ਦਿਓਗੇ ਸੋ ਪਲੀਜ਼ ਇੱਕ ਵਾਰੀ ਵੀ ਕਿਸੇ ਵੀ ਏਜੰਟ ਕੋਲ ਆਪਦੇ ਡਾਕੂਮੈਂਟਸ ਆਪਣੇ ਪੈਸੇ ਫਸਾਉਣ ਤੋਂ ਪਹਿਲਾਂ ਪੂਰੀ ਜਾਣਕਾਰੀ ਹਾਸਲ ਕਰ ਲਓ ਕਿਉਂਕਿ ਇਹ ਟਾਈਮ ਇੱਦਾਂ ਦਾ ਕੋਰੋਨਾ ਦਾ ਕਰਕੇ ਕੋਵਿਡ-19 ਦਾ ਕਰਕੇ ਹਰ ਇੱਕ ਦੇ ਬਿਜ਼ਨਸ 'ਚ ਬਹੁਤ ਤੰਗੀ ਆਈ ਹੋਈ ਆ ਅਤੇ ਕਈਆਂ ਨੇ ਪੈਸੇ ਕਮਾਉਣ ਦੀ ਹੁਣ ਕੋਸ਼ਿਸ਼ ਕਰਨੀ ਆ ਤੁਹਾਡੇ ਕੋਲੋਂ ਲੋਕਾਂ ਨੂੰ ਮਿੱਠੀਆਂ ਗੱਲਾਂ ਕਰਕੇ ਬੇਵਕੂਫ ਬਣਾ ਕੇ ਅਤੇ ਸਾਡੇ ਪੰਜਾਬੀ ਲੋਕ ਤਾਂ ਉੱਦਾਂ ਹੀ ਬਾਹਰ ਕੈਨੇਡਾ ਦਾ ਨਾਂ ਸੁਣ ਕੇ ਅੱਧੇ ਦੇ ਅਸੀਂ ਚਾਹ 'ਚ ਹੀ ਪਾਗਲ ਹੋ ਜਾਂਦੇ ਹਾਂ ਠੀਕ ਹੈ ਜੀ ਗੁੱਸਾ ਨਾ ਕਰਿਓ ਗੱਲ ਦਾ ਕਿਉਂਕਿ ਸਾਡੇ ਕੈਨੇਡਾ ਸੁਣ ਲਫ਼ਜ਼ ਸੁਣ ਕੇ ਹੀ ਸਾਨੂੰ ਤਾਂ ਚਾਹ ਚੜ੍ਹ ਜਾਂਦਾ ਵਾ ਅਤੇ ਫਿਰ ਇਹ ਕੈਨੇਡਾ ਕਹਿ ਕੇ ਅਤੇ ਅੱਗੇ ਜੋ ਮਰਜ਼ੀ ਵੇਚੀ ਜਾਂਦੇ ਆ 20-25-25 ਲੱਖ ਲਾ ਕੇ ਤੁਸੀਂ ਕੈਨੇਡਾ ਸਟੱਡੀ ਵੀਜ਼ੇ 'ਤੇ ਜਾ ਰਹੇ ਹੋ ਯਾਰ ਵਧੀਆ ਕਾਲਜ ਜਾਓ
ਵਧੀਆ ਕੋਰਸ ਕਰੋ ਤਾਂ ਕਿ ਪੜ੍ਹਾਈ ਕਰਕੇ ਤੁਸੀਂ ਅੱਗੇ ਕੋਈ ਚੰਗੀ ਜੋਬ ਕਰ ਸਕੋ, ਆਪਣੇ ਬਿਜ਼ਨਸ ਸ਼ੁਰੂ ਕਰ ਸਕੋ, ਆਪਣੇ ਪੇਰੈਂਟਸ ਦਾ ਆਪਣੇ ਆਪ ਲਈ ਤੁਸੀਂ ਬੱਚੇ ਜਿਹੜੇ ਆ ਅਸਟੈਬਲਿਸ਼ ਹੋ ਸਕਣ। ਸੋ ਪਲੀਜ਼ ਬਿਵੇਅਰ ਆਫ ਦੀਜ ਫਰੋਡਸ, ਜਿਹੜੇ ਏਜੰਟਸ ਫਰੋਡ ਕਰ ਰਹੇ ਆ ਇਹਨਾਂ ਤੋਂ ਬਚ ਕਰੋ। ਮੈਂ ਸਾਰੇ ਨਹੀਂ ਕਹਿੰਦਾ, ਬਹੁਤ ਏਜੰਟਸ ਚੰਗੇ ਹੈਗੇ ਆ, 5-7-10% ਹੋਣਗੇ ਜਿਹੜੇ ਇੱਦਾਂ ਦੇ ਪੁੱਠੇ ਸਿੱਧੇ ਕੰਮਾਂ 'ਚ ਲੱਗੇ ਹੋਏ ਆ, ਬਾਕੀ ਏਜੰਟ ਜਿਹੜਾ ਸਾਡਾ ਟ੍ਰੇਡ ਆ ਬਹੁਤ ਹੀ ਚੰਗੇ ਤਰੀਕੇ ਨਾਲ ਕਰ ਰਹੇ ਹੈਗੇ ਆ। ਬਹੁਤ ਸਾਰੇ ਸਾਡੇ ਸੀਨੀਅਰਸ ਹੈਗੇ ਆ ਜਿਨ੍ਹਾਂ ਨੂੰ 20-20 ਸਾਲ ਹੋ ਗਏ ਆ ਇਹੀ ਟ੍ਰੇਡ 'ਚ ਕੰਮ ਕਰਦਿਆਂ ਨੂੰ। ਸੋ ਇੱਦਾਂ ਦੇ ਕਿਸੇ ਚੰਗੇ ਏਜੰਟ ਕੋਲੋਂ ਜਿਹਦਾ ਤੁਸੀਂ ਨਾਂ ਸੁਣੋ, ਚੰਗੇ ਏਜੰਟ ਕੋਲ ਜਾ ਕੇ ਸਲਾਹ ਲਓ। ਐਵੇਂ ਨਿਊਜ਼ ਪੇਪਰ 'ਚ ਇੱਕ ਇੱਕ ਪੇਜ ਦੀ ਐਡ ਦੇਖ ਕੇ ਵਿਦਆਊਟ ਆਇਲਸ ਕਨੇਡਾ, ਅਤੇ ਆਹ ਪਿੱਛੇ ਜਿਹਾ ਇੱਕ ਨੇ ਤਾਂ ਉਹ ਵੀ ਸ਼ੁਰੂ ਕੀਤਾ ਸੀ ਜੀ ਕਿ ਆਸਟ੍ਰੇਲੀਆ ਦਾ ਵਰਕਿੰਗ ਹੋਲੀਡੇ ਵੀਜ਼ਾ, ਠੀਕ ਹੈ ਜੀ, ਮੈਂ ਨਾਂ ਨਹੀਂ ਲਊਂਗਾ, ਆਸਟ੍ਰੇਲੀਆ ਦਾ ਵਰਕਿੰਗ ਹੋਲੀਡੇ ਵੀਜ਼ਾ। ਉਹਨੂੰ ਪੁੱਛੋ ਵੀ ਕਿੱਧਰ ਗਿਆ ਤੇਰਾ ਕਨੇਡਾ ਆਸਟ੍ਰੇਲੀਆ ਦਾ ਵਰਕਿੰਗ ਹੋਲੀਡੇ ਵੀਜ਼ਾ। ਐਵੇਂ ਉਦੋਂ ਇਹਨੇ ਅਫਵਾਹ ਫੈਲਾ ਕੇ ਅਤੇ ਮਾਰਕੀਟ 'ਚ ਹਲਚਲ ਕਰ ਦਿੰਦੇ ਆ, ਲੋਕਾਂ ਨੂੰ ਆਪਦੇ ਆਫਿਸ ਬਾਹਰ ਲਾਈਨਾਂ ਲਾ ਕੇ ਖੜੇ ਕਰ ਲੈਂਦੇ ਆ ਅਤੇ ਪੈਸੇ ਕਮਾ ਜਾਂਦੇ ਆ, ਠੀਕ ਹੈ ਜੀ। ਸੋ ਪਲੀਜ਼ 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 ਪਹਿਲਾਂ ਸੋਚਿਆ ਕਰੋ, ਹਰ ਚੀਜ਼ ਨੂੰ ਦੇਖਿਆ ਕਰੋ, ਫਿਰ ਕਿਸੇ ਏਜੰਟ ਕੋਲ ਜਾ ਕੇ ਫਾਈਲ ਵਗੈਰਾ ਵਗੈਰਾ ਫਸਾਇਆ ਕਰੋ, ਆਪਣੇ ਪੈਸੇ ਐਵੇਂ ਨਾ ਫਸਾ ਲਓ। ਫੀਸਾਂ ਦੇ ਰਿਫੰਡ ਮੰਗਾਉਣ 'ਚ, ਉਹਦੇ ਮੰਗਾਉਣ 'ਚ ਹਰ ਇੱਕ ਚੀਜ਼ 'ਚ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਵਾ ਕਲਾਇੰਟ ਦਾ। ਕਿਸੇ ਨੂੰ ਵੀ ਕਿਸੇ ਰਿਗਾਰਡਿੰਗ ਵੀ ਤੁਹਾਨੂੰ ਵੀਜ਼ੇ ਰਿਗਾਰਡਿੰਗ ਸਲਾਹ ਚਾਹੀਦੀ ਆ, ਪਲੀਜ਼ ਸਾਡੇ ਨੰਬਰ ਥੱਲੇ ਦਿੱਤੇ ਹੋਏ ਆ, ਕਾਲ ਕਰੋ ਐਨੀ ਟਾਈਮ ਕਿਸੇ ਵੀ ਕੁਐਸਚਨ ਦੇ ਨਾਲ, ਅਸੀਂ ਤੁਹਾਡੀ ਹੈਲਪ ਲਈ ਬੈਠੇ ਹਾਂ ਇੱਥੇ। ਥੈਂਕ ਯੂ ਵੈਰੀ ਮੱਚ।